ਟੈਕਨੀਕਲ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿ ਜਿਹੜਾ ਪੀ ਐੱਚ ਟੈਟ ਦਾ ਇਗਜ਼ਾਮ ਹੋਇਆ ਸੀ ਉਹਦੇ ਲਈ ਕੈਂਡੀਡੇਟਸ ਨੂੰ ਘੱਟ ਤੋਂ ਘੱਟ ਕਿੰਨੇ ਕੁਆਲੀਫਾਈਂਗ ਮਾਰਕਸ ਚਾਹੀਦੇ ਨੇ। ਸੋ ਇਹਦੇ ਵਿੱਚ ਦੱਸਿਆ ਹੋਇਆ ਕਿ ਇਹ ਪਰਸਨ ਹੂ ਸਿਕਿਓਰ 60% ਔਰ ਮੋਰ ਦੈਨ ਮਾਰਕਸ। ਸੋ ਘੱਟ ਤੋਂ ਘੱਟ ਤੁਹਾਨੂੰ 60% ਮਾਰਕਸ ਚਾਹੀਦੇ ਆ ਤੁਹਾਡੇ ਪੇਪਰ ਦੇ ਵਿੱਚ ਜਿਹੜਾ ਵੀ ਤੁਸੀਂ ਟੈਟ ਦਾ ਇਗਜ਼ਾਮ ਦਿੱਤਾ ਹੈ। ਉਸ ਤੋਂ ਬਾਅਦ ਸਕੂਲ ਮੈਨੇਜਮੈਂਟ, ਗੌਰਮੈਂਟ, ਲੋਕਲ ਬੋਡੀਜ਼, ਦੈਨ ਗਵਰਮੈਂਟ ਐਡਿਡ ਐਰ ਅਨਐਡਿਡ, ਜਿੱਥੇ ਵੀ ਤੁਸੀਂ ਪਰਟੀਕੁਲਰ ਜੋਬ ਵਗੈਰਾ ਕਰਨੀ ਹੈ, ਘੱਟ ਤੋਂ ਘੱਟ ਤੁਹਾਨੂੰ 60% ਮਾਰਕਸ ਚਾਹੀਦੇ ਨੇ। ਬਾਕੀ ਕਨਸੈਸ਼ਨ ਦਿੱਤਾ ਜਾਊਗਾ ਜਿਹੜੇ ਪਰਸਨ ਹੈਗੇ ਆ ਐਸਸੀ, ਐਸਟੀ, ਓਬੀਸੀ ਜਾਂ ਜਿਹੜੇ ਫਿਜ਼ੀਕਲ ਡਿਸੇਬਲਡ ਪਰਸਨ ਹੈ, ਅਕੋਰਡਿੰਗ ਟੂ ਜਿਹੜਾ ਵੀ ਉਹਨਾਂ ਦਾ ਰਿਜ਼ਰਵੇਸ਼ਨ ਪਾਲਿਸੀ ਹੈਗੀ ਹੈ। ਤੁਹਾਨੂੰ ਪਤਾ ਕਿ ਹਰੇਕ ਪਾਲਿਸੀ ਦੇ ਅਕੋਰਡਿੰਗ ਇਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਕੰਮ ਕਰਨਾ ਪੈਂਦਾ ਹੈ। ਉਸਦੇ ਅਕੋਰਡਿੰਗ ਇਹਨਾਂ ਦਾ ਜਿਹੜਾ ਵੀ ਸਿਲੈਕਸ਼ਨ ਹੋਊਗੀ। ਉਸ ਤੋਂ ਬਾਅਦ ਦੱਸਿਆ ਹੋਇਆ ਸ਼ੁੱਡ ਗਿਵ ਵੇਟੇਜ ਟੂ ਦਾ ਟੈਟ ਸਕੋਰਸ ਇਨ ਦਾ ਰਿਕੁਆਇਰਮੈਂਟ ਪ੍ਰੋਸੈਸ। ਵੇਸਟੇਜ ਜਿਹੜੀ ਤੁਹਾਡੀ ਵੇਟੇਜ ਹੋਊਗੀ ਉਸਦੇ ਅਕੋਰਡਿੰਗ ਤੁਹਾਡਾ ਰਿਕੁਆਇਰਮੈਂਟ ਪ੍ਰੋਸੈਸ ਹੋਊਗਾ। ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਇੱਥੇ ਦੱਸਿਆ ਹੋਇਆ ਕਿ ਕੁਆਲੀਫਾਈਂਗ ਦਾ ਟੈਟ ਵੁੱਡ ਨਾਟ ਕਨਫੇਅਰ ਅ ਰਾਈਟ ਔਨ ਐਨੀ ਪਰਸਨ ਫੋਰ ਰਿਕੁਆਇਰਮੈਂਟ ਇੰਪਲੋਇਮੈਂਟ। ਠੀਕ ਹੈ ਜੀ। ਸੋ ਉਹਦੀ ਜਿਹੜੀ ਸਿਲੈਕਸ਼ਨ ਹੈ, ਜਿਹੜਾ ਵੀ ਐਲੀਜੀਬਿਲਿਟੀ ਹੈ, ਕ੍ਰਿਟੀਰੀਆ ਹੋਊਗਾ ਅਪੁਆਇੰਟਮੈਂਟ ਦਾ, ਉਸਦੇ ਅਕੋਰਡਿੰਗ ਹੀ ਕੈਂਡੀਡੇਟ ਦੀ ਜਿਹੜੀ ਸਿਲੈਕਸ਼ਨ ਕੀਤੀ ਜਾਊਗੀ ਪਰਟੀਕੁਲਰ ਜੋਬ ਦੇ ਲਈ, ਜਿਹੜੀਆਂ ਵੀ ਗੌਰਮੈਂਟ ਜੋਬਸ ਹੁੰਦੀਆਂ ਹੈ ਟੀਚਿੰਗ ਦੀਆਂ ਜਾਂ ਸੌਂ, ਜਿੱਥੇ ਇਹਨਾਂ ਦੀ ਸਿਲੈਕਸ਼ਨ ਵਗੈਰਾ ਹੋਣੀ ਹੈ। ਸੋ ਫਰੈਂਡਸ, ਮੇਰੇ ਕੋਲ ਰੀਸੈਂਟਲੀ ਇਹਦਾ ਕੁਆਲੀਫਾਈਂਗ ਮਾਰਕਸ ਦਾ ਮੇਰੇ ਕੋਲ ਲੈਟਰ ਇੱਕ ਮਿਲਿਆ ਸੀ ਮੈਨੂੰ। ਸੋ ਮੈਂ ਇਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ। ਸੋ ਫਿਲਹਾਲ ਇਹ ਇਹਨਾਂ ਨੇ ਦੱਸਿਆ ਹੋਇਆ, ਬਾਕੀ ਹਾਲੇ ਤੱਕ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਕੁਝ ਨਹੀਂ ਸ਼ੋਅ ਕਰਦੇ ਪਏ, ਨਾ ਕੋਈ ਕੁਆਲੀਫਾਈਂਗ ਮਾਰਕਸ ਨਾ ਇਹ ਵੋ। ਫਿਲਹਾਲ ਇਹ ਮੈਂ ਲੈਟਰ ਕਿਤੋਂ ਲਿਆ ਸੀ, ਸੋ ਮੈਨੂੰ ਲੱਗਿਆ ਕਿ ਇਹ ਲੈਟਰ ਮੇਰੇ ਅਕੋਰਡਿੰਗ ਕਾਫੀ ਸਹੀ ਹੈ, ਬਿਕੋਜ਼ ਇਹ ਉਹਨਾਂ ਦਾ ਆਪਣਾ ਲੈਟਰ ਹੈ। ਤਾਂ ਬਾਕੀ ਫਿਲਹਾਲ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਕੁਝ ਵੀ ਅਪਡੇਸ਼ਨ ਨਹੀਂ ਹੋਈ ਹੈ, ਨਾ ਹੀ ਜਿਹੜੀਆਂ ਕੀਜ਼ ਵਗੈਰਾ ਅਪਲੋਡ ਹੋਣੀਆਂ ਹੈ ਉਸ ਦੇ ਰਿਗਾਰਡਿੰਗ, ਜਾਂ ਕੁਝ ਹੋਰ ਜਿਹੜੇ ਸਰਕੂਲਰਸ ਵਗੈਰਾ, ਹੋਰ ਕੁਝ ਅਪਡੇਟ ਨਹੀਂ ਹੋਇਆ। ਫਿਲਹਾਲ ਜਿੱਦਾਂ ਹੀ ਅਪਡੇਟ ਹੁੰਦਾ ਹੈ ਉਹ ਮੈਂ ਤੁਹਾਨੂੰ ਦੱਸ ਦਊਂਗਾ ਵੀਡੀਓ ਦੀ ਹੈਲਪ ਨਾਲ। ਉਸ ਦੇ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰੋ, ਸੋ ਡੈਟ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਜਿਹੜੇ ਕੁਆਲੀਫਾਈਂਗ ਮਾਰਕਸ ਨੇ ਉਹ ਕਿੰਨੇ ਕਿੰਨੇ ਨੇ। ਸੋ ਫਰੈਂਡਸ, ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਵੈਲਬਲ ਟਾਈਮ।